ਏ ਆਕਾਸ਼वाणी ਜੰਮੂ ਮੈਂ ਨਰੇਸ਼ ਕੁਮਾਰ ਸ਼ਰਮਾ ਕੋਲੋਂ ਖ਼ਬਰਾਂ ਸੁਣੋ ਸੁਰੱਖਿਆ ਬਲ ਨੇ ਸ਼ਪਈਆਂ ਦੇ ਕਾਪਰੇਨ ਇਲਾਕੇ 'ਚ ਜੈਸ਼ੇ ਮੁਹਮਮਦ ਆਤੰਕੀ ਸੰਗਠਨ ਦੇ ਇੱਕ ਆਤੰਗਬੱਧ ਦੀ ਮਾਰ ਮੁਕਾਇਆ ਕਸ਼ਮੀਰ ਪੁਲਿਸ ਦੇ ਐਡੀਸ਼ਨਲ ਡੀਓ ਦੇ ਮੁੱਜਬ ਮਾਰੇ ਗਏ ਆਤੰਕੀ ਦੀ ਪਛਾਣ ਕਾਮਰਾਨ ਭਾਈ ਉਰਫ ਹਨੀਜ਼ ਦੇ ਤੌਰ 'ਤੇ ਕੀਤੀ ਗਈ ਹੈ ਜਿਹੜਾ ਕੁਲਗਾਮ ਸ਼ਪਈਆਂ ਇਲਾਕੇ 'ਚ ਸਰਗਰਮ ਹਾ ਖੀਰੇ ਜਾਣਕਾਰੀ ਤਹਣੇ ਤੱਕ ਇਲਾਕੇ 'ਚ ਤਲਾਸ਼ੀ ਆਬਿਆਨ ਜਾਰੀ ਹਾ ਤੇ ਹੋਰ ਬਿਓਰੇ ਕੀ ਬਲਕਿਆ ਜਾਕਰ ਦਾ ਹੈ ਪੈਨਸ਼ਨਤੇ ਪੈਨਸ਼ਨਰਾਂ ਦੇ ਕਲਿਆਣ ਸਰਬੰਧੀ ਕੇਂਦਰੀ ਮਹਿਕਮਾ ਆਸਿਆ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਡਿਜੀਟਲ ਜੀਵਨ ਸਰਟੀਫਿਕੇਟ ਦੀ ਪ੍ਰਾਪਤ ਕਰਨ ਦੇ ਆਸਥਾ ਰਸਟ ਵਿਆਪੀ ਆਭਿਆਨ ਸ਼ੁਰੂ ਕੀਤਾ ਗਿਆ ਹੈ ਸਬਨੇ ਪੰਜੀਕ੍ਰਿਤ ਪੈਨਸ਼ਨ ਸੰਗਠਨਾਂ ਪੈਨਸ਼ਨ ਤਕਸੀਮ ਕਰਨ ਵਾਲੇ ਬੈਂਕ ਕੇਂਦਰੀ ਮੰਤਰਾਲੇ ਤੇ ਵੈਲਨੈਸ ਕੇਂਦਰਾਂ ਦੀ ਡਿਜੀਟਲ ਲਾਈਫ ਸਰਟੀਫਿਕੇਟ ਦੇ ਪ੍ਰਾਪਤ ਵਿਆਸਥਾ ਹੈ ਵਿਸ਼ੇਸ਼ ਕੈਂਪਰ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਇਸ ਸਰਬੰਧ ਚ ਕੇਂਦਰੀ ਪੈਨਸ਼ਨ ਮੈਕਮੇਂ ਦੀ ਇੱਕ ਟੀਮ ਜੰਮੂ ਦਾ ਦੌਰਾ ਲਾਗ ਜਿੱਥੇ 12 ਨਵੰਬਰ ਗੇ ਸਟੇਟ ਬੈਂਕ ਆਫ ਇੰਡੀਆ ਜੰਮੂ ਕੈਂਟ ਸ਼ਾਖਾ ਚ ਇੱਕ ਅਭਿਆਨ ਦਾ ਸਰੇਸ਼ਤਾ ਕੀਤਾ ਜਾਗ ਸੱਭ ਪੈਨਸ਼ਨਰ ਆਪਣਾ ਜੀਵਨ ਪ੍ਰਮਾਣ ਪੱਤਰ ਡਿਜੀਟਲ ਤਰੀਕੇ ਰਾਹੀਂ ਇਸ ਕੇਂਦਰ ਚ ਜਮਾ ਕਰਾਈ ਸਕਦੇ ਹਨ ਮੁਲਖ ਪਰ ਚ ਚਲਾਕਰ ਦੇ ਕੋਵਿਡ ਰੋਦੀ ਟਿਕਾ ਕਰਨ ਅਭਿਆਨ ਦੇ ਤਹਿਤ ਅਜੇ ਤੋੜੀ 219 ਕਰੋੜ 77 ਲੱਖ ਕੋਲਾ ਮਤੇ ਟੀਕੇ ਲਾਭਾਰਥੀਆਂ ਕੀ ਲਾਏ ਜਾ ਚੁਕੇ ਹਨ ਛੜਾ ਪਿਛਲੇ 24 ਘੰਟੇ ਦੌਰਾਨ ਗਏ 138000 ਕੋਲਾ ਮਤੇ ਟੀਕੇ ਲਾਏ ਗਏ ਇਸ ਦੌਰਾਨ 6 ਹੋਰ ਲੋਕਾਂ ਦੀ ਮੌਤ ਦੇ ਕੰਨ ਗਏ ਇਸ ਲਾਗ ਕਰੀ ਆਪਣੀ ਜਾਨ ਮੋਈ ਚੁਕੇ ਤੇ ਲੋਕਾਂ ਦੀ ਗਿਣਤ 530000 520 ਹੋ ਗਿਆ ਹੈ ਜਿਸ ਲਾ ਕੇ ਕਰੋਨਾ ਕਸਰੀਆਂ ਦੇ ਬਲ ਉਹਨਾਂ ਦੇ ਦਰ 198.78% ਦੀ ਹੈ ਉਪਪੋਰਟਾਂਗੇ ਸੁਰੱਖਿਅਤ ਤੇ ਮਿਆਰੀ ਦਵਾਈਆਂ ਉਪਲਬਧ ਕਰਾਉਣ ਆਸਤੇ ਤੇ ਕੀਮਤਾਂ ਪਰ ਨਿਗਰਾਨੀ ਰੱਖਣ ਵਾਲੇ ਤੇ ਸੰਸਾਧਨ ਯੂਨਿਟ ਆਸਿਆ ਪੀ ਡਬਲਯੂ ਡੀ ਡਾਕ ਬੰਗਲਾ ਰਾਜੋਰੀ ਚ ਇੱਕ ਜਾਗਰੂਕਤਾ ਕਾਰਜਕ੍ਰਮ ਦਾ ਸਿਰਜਣਾ ਕੀਤਾ ਗਿਆ ਇਹਦਾ ਆਯੋਜਨ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤਹਿਤ ਕੀਤਾ ਗਿਆ ਰਾਜੋਰੀ ਦੇ ਡਿਪਟੀ ਕਮਿਸ਼ਨਰ ਵਿਕਾਸ ਕੁੰਡਲੋਰ ਨੇ ਸਮਾਰੋਧੀ ਪ੍ਰਧਾਨ ਤੱਕੇ ਤੇ ਇਸ ਮੌਕੇ ਪਰ ਬੋਲਦੇ ਹੋਏ ਉਹਨੇ ਸਕੀਮ ਦੇ ਮਹੱਤਵ ਪਰ ਲੋਪਾਈ ਤੇ ਆਖਿਆ ਜੇ ਇਹਦਾ ਮੁੱਖ ਮਕਸਦ ਲੋਕਾਂ ਦੀ ਸਸਤੇ ਭਾਇਆ ਪਰ ਆ ਉਪਲਬਧ ਕਰਵਾਉਣਗੇ ਯਕੀਨੀ ਬਣਾ ਲੈਣਾ ਹੈ ਪੂਰਾ ਜੰਮੂ ਕਸ਼ਮੀਰ ਤੇ ਖਾਸ ਕਰਕੇ ਬਰਫੀਲੇ ਪਹਾੜੀ ਇਲਾਕੇ ਪਿਛਲੇ ਇੱਕ ਅਧਾਕੇ ਥਮਾ ਸਿਆਲਾ ਦੇ ਮੌਸਮ ਚ ਬਿਜਲੀ ਦੇ ਬੜੇ ਵੱਡੇ ਸੰਕਟ ਦੀ ਮਾਰ ਚੇਲੇ ਕਰਦੇ ਹਨ ਤੇ ਸਰਦੀਆਂ ਚ ਅਨਮਿੱਥੇ ਤੇ ਲੰਮੀ ਬਿਜਲੀ ਕਟੌਤੀ ਕਾਰਨ ਲੋਕਾਂ ਕੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੰਮੂ ਕਸ਼ਮੀਰ ਚ ਟਰਾਂਸਮਿਸ਼ਨ ਤੇ ਬੰਡ ਦੌਰਾਨ ਉਹ ਨਿਆਲਾ ਘਾਟਾ 60% ਜਿਹੜਾ ਰਾਸ਼ਟਰੀ ਸਤਰ ਪਰ ਛੜਾ 10-12% ਹੈ ਬੜੀ ਮਤੀ ਮੁਸ਼ਕਲਾਂ ਦਾ ਸਾਹਮਣਾ ਕਰਿਆ ਕਰਦੇ ਚਨਾਵ ਵੈਲੀ ਦੇ ਵਸਨੀਕਾਂ ਨੇ ਪ੍ਰਸ਼ਾਸਨ 'ਤੇ ਬਿਜਲੀ ਟਾਂਚਾ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ ਤੋਏ ਬਿਜਲੀ ਵਿਕਾਸ ਵਿਭਾਗ ਦੇ ਪ੍ਰਿੰਸੀਪਲ ਸਚੇਵ ਐਚ ਆਰ ਪ੍ਰਸਾਦ ਹੋ ਰਹੇ ਪਰ ਦਰਵਾਦੇ ਆਪਣੇ ਹਾਲ ਦੇ ਦੌਰੇ ਦੌਰਾਨ ਆਖਿਆ ਜੇ ਟਰਾਂਸਮਿਸ਼ਨ ਤੇ ਬੰਡ ਦੌਰਾਨ ਹੋਣ ਵਾਲੇ ਨੁਕਸਾਨ ਕੀ ਕਟ ਕਰਨੇ ਆਸਤਾ ਹੈ ਕੇਂਦਰ ਨੇ ਜੰਮੂ ਕਸ਼ਮੀਰ ਤਾਈ 5000 ਕਰੋੜ ਰੁਪਏ ਦੀ ਪ੍ਰੋਜੈਕਟ ਮਨਜ਼ੂਰ ਕੀਤੀ ਹੈ ਉਹਨੇ ਪ੍ਰੋਸਾ ਦੋਇਆ ਜੇ ਅਗਲੇ ਕਿਸ਼ ਵਰੇ ਚ ਬਿਜਲੀ ਸੈਕਟਰ ਚ ਵੱਡੇ ਸੁਧਾਰ ਹੋਣ ਉਹਨੇ ਲੋਕਾਂ ਕੀ ਬਿਜਲੀ ਦੇ ਕਿਰਾਏ ਬੇਲੇ ਸਰ ਅਦਾ ਕਰਨੇ ਦੀ ਵੀ ਅਪੀਲ ਕੀਤੀ ਹੈ ਵਿਸਥਾਪਤਾਂ ਦੇ ਮਸਲੇ ਮੌਕੇ ਉੱਪਰ ਕੇ ਹੱਲ ਕਰਨ ਅਸਤੇ ਰਾਹਤ ਤੇ ਪੁਨਰਵਾਸ ਕਮਿਸ਼ਨਰ ਕੇ ਕੇ ਸਿੱਧਾ ਹੁੰਦੀ ਅਗਵਾਈ ਚ ਮਹਿਕਮੇ ਪਾਸੇ ਸੰਜੀਵਨੀ ਸ਼ਾਰਦਾ ਕੇਂਦਰ ਬੋੜੀ ਜੰਮੂ ਚ ਇੱਕ ਕੈਂਪ ਲਾਇਆ ਗਿਆ ਇਸ ਦੌਰਾਨ 65 ਲੋਕਾਂ ਦਾ ਆਜੋਸ਼ਮਾਨ ਹੈਲਥ ਕਾਰਡ ਅਸਤੇ ਪंजीकरण ਕੀਤਾ ਗਿਆ ਤਰੀ ਡੋਮਿਸਾਈਲ ਸਰਟੀਫਿਕੇਟ ਦਿੱਤੇ ਗਏ ਤੇ ਹੋਰ ਨਿਕਾ ਮਸਲਿਆਂ ਦਾ ਸਮਾਧਾਨ ਕੀਤਾ ਗਿਆ ਰਿਲੀਫ ਕਮਿਸ਼ਨਰ ਹੋਰ ਇਹ ਵਿਸਥਾਪਤਾਂ ਦੀ ਸਹੂਲਤਾ ਅਸਤੇ ਭਵਿੱਖੇ ਚ ਨਵੇਂ ਹੋਰ ਕੈਂਪ ਲਵਾਉਣੇ ਦਾ ਵੀ ਪ੍ਰੋਸਾ ਦੋਇਆ ਗਵਰਨਮੈਂਟ ਡਿਗਰੀ ਕਾਲਜ ਨੇਲੀ ਨਾਲਾ ਉਦਮਪੁਰ ਪਾਸੇ ਅੱਜ ਕੱਲ੍ਹ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਤੇ ਸਿੱਖਿਸ਼ਿਤ ਭਾਰਤ ਅਭਿਆਨ ਤਹਿਤ ਨਸ਼ਾ ਮੁਕਤ ਭਾਰਤ ਪਰ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਕਾਲਜ ਦੇ ਪ੍ਰਿੰਸੀਪਲ ਹੋਰੇ ਇਸੇ ਚੰਡੀਦਸਿਆ ਹਰਵਾਨਾ ਕੀਤਾ ਰੈਲੀ ਦਾ ਮਕਸਦ ਹੈ ਯੁਵਾਆਂਗੇ ਨਸ਼ੇ ਦੀ ਬੁਰਾਈ ਬਾਰੇ ਅਵਗਤ ਕਰਾਉਣਾ ਬੜੀ ਮਤੀ ਸੰਖਿਆ ਚ ਵਿਦਿਆਰਥੀ ਇਹਦੇ ਚ ਇਸ ਹਾਲਤਾ ਖਬਰਾਂ ਦੇ ਇਸ ਬੁਲਟਨ ਚ ਬਸ ਇੰਨਾ ਗਿਆ